ਸੁੱਚਾ ਸਿੰਘ ਲਗਾ ਤੇ ਬੀਤੇ ਕੁਝ ਦਿਨਾਂ ਪਹਿਲਾਂ ਇੱਕ ਮਹਿਲਾ ਵੱਲੋਂ ਬਲਾਤਕਾਰ ਦਾ ਆਰੋਪ ਸਬੂਤਾਂ ਦੇ ਨਾਲ ਲਗਾਇਆ ਸੀ, ਜਿਸ ਦੇ ਚੱਲਦੇ ਸੁੱਚਾ ਸਿੰਘ ਲਗਾ ਨੇ ਗੁਰਦਾਸਪੁਰ ਦੀ CJM ਕੋਰਟ ਵਿੱਚ ਆਤਮ ਸਮਰਪਣ ਕੀਤਾ ਸੀ। ਜਿਸ ਤੋਂ ਬਾਅਦ ਅਦਾਲਤ ਨੇ 5 ਦਿਨਾਂ ਦਾ ਪੁਲਿਸ ਰਿਮਾਂਡ ਦੇ ਕੇ ਸੁੱਚਾ ਸਿੰਘ ਲੰਗਾਹ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। 5 ਦਿਨ ਦੇ ਰਿਮਾਂਡ ਦੇ ਬਾਅਦ ਬੀਤੇ ਕੱਲ੍ਹ ਲੰਗਾਹ ਨੂੰ ਦੇਰ ਸ਼ਾਮ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਲੰਗਾਹ ਨੂੰ 1 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ। ਰਿਮਾਂਡ ਖਤਮ ਹੋਣ 'ਤੇ ਲੰਗਾਹ ਨੂੰ ਗੁਰਦਾਸਪੁਰ ਦੇ CJM ਮੋਹਿਤ ਬੰਸਲ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਦੁਬਾਰਾ 3 ਵਾਰ ਲੰਗਾਹ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਅੱਜ ਅਸੀਂ ਇਸ ਦਾ ਸੁੱਚਾ ਸਿੰਘ ਲੰਗਾਹ ਨੂੰ ਜਿਹੜਾ ਉਹਨਾਂ ਦੇ ਖਿਲਾਫ 376 ਦਾ ਕੇਸ ਰਜਿਸਟਰ ਹੋਇਆ ਹੋਇਆ ਉਹਦੇ 'ਚ ਅਸੀਂ ਬਾਂਜੋ ਕੋਰਟ 'ਚ ਉਹਨਾਂ ਨੂੰ ਲੈ ਕੇ ਆਏ ਸੀ, ਕਿਉਂਕਿ ਸਾਡੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ, ਅਸੀਂ ਕਈ ਚੀਜ਼ਾਂ ਅਜੇ ਬਰਾਮਦ ਕਰਨੀਆਂ ਨੇ ਅਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਅਸੀਂ ਕੋਰਟ ਤੋਂ 7 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ। ਕੋਰਟ ਨੇ ਸਾਡੀ ਡਿਮਾਂਡ ਨੂੰ ਮੰਨਦੇ ਹੋਏ ਸਾਨੂੰ 3 ਦਿਨ ਦਾ ਪੁਲਿਸ ਰਿਮਾਂਡ। ਦੇਖੋ, ਜੋ ਸਾਡਾ ਇਨਵੈਸਟੀਗੇਸ਼ਨ ਦਾ ਉਹ ਮੈਂ ਤੁਹਾਨੂੰ ਨਹੀਂ ਡਿਸਕਲੋਜ਼ ਕਰ ਸਕਦਾ, ਇਹ ਅਸੀਂ ਫਾਈਨਲੀ ਜਦੋਂ ਅਸੀਂ ਕੋਰਟ 'ਚ 173 ਦੀ ਰਿਪੋਰਟ ਸਬਮਿਟ ਕਰਾਂਗੇ ਇਹ ਸਾਰਾ ਉਦੋਂ ਡਿਸਕਲੋਜ਼ ਕਰਾਂਗੇ। ਗੁਰਦਾਸਪੁਰ ਤੋਂ ਰਿਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।